ਬੇਟਾ ਅਸੀਂ ਲਾਸਟ ਟਾਈਮ ਸਾਂਝੀ ਕਾਂਡ ਕਹਾਣੀ ਰੀਡ ਕਰ ਲਈ ਸੀ। ਲਾਸਟ 2 ਪੇਜ ਹੈਗੇ ਉਹ ਰੀਡ ਕਰਾਂਗੇ ਤੇ ਉਸ ਤੋਂ ਬਾਅਦ ਵਨ ਮਾਸ ਕੁਐਸਚਨ। ਠੀਕ ਹੈ, ਇਸ ਕਹਾਣੀ ਦੇ ਵਿੱਚ ਕਿਹੜੇ ਕਿਹੜੇ ਪਾਤਰ ਹੈ? ਕਪੂਰ ਸੀ, ਠੀਕ ਹੈ, ਜੋ ਚੰਗਾ ਪਾਤਰ ਇਸ ਕਹਾਣੀ ਦੇ, ਇੱਕ ਅੱਛੇ ਪਾਤਰ ਦਾ ਰੋਲ ਨਿਭਾ ਰਿਹਾ ਹੈ। ਠੀਕ ਹੈ, ਅੱਛੇ ਕੈਰੈਕਟਰ ਦਾ ਰੋਲ ਨਿਭਾ ਰਿਹਾ। ਦੂਸਰਾ ਹੈ ਉਹਦਾ ਬ੍ਰਦਰ ਦਰਬਾਰਾ, ਜੋ ਕਿ ਇਸ ਕਹਾਣੀ ਦੇ ਵਿੱਚ ਜਿਹੜਾ ਕਿ ਇੱਕ ਮਾੜਾ ਰੋਲ ਨਿਭਾ ਰਿਹਾ ਹੈ, ਜੋ ਕੰਧ ਬਣਾਉਣ ਦੇ ਹੱਕ ਵਿੱਚ ਨਹੀਂ ਹੁੰਦਾ। ਠੀਕ ਹੈ, ਇਸ ਤੋਂ ਇਲਾਵਾ ਇਸ ਕਹਾਣੀ ਦੇ ਵਿੱਚ ਕੁਝ ਅਜਿਹੇ ਪਾਤਰ ਹਨ ਜਿਹੜਾ ਕਿ ਜਿਨ੍ਹਾਂ ਦੁਆਲੇ ਕਹਾਣੀ ਘੁੰਮਦੀ ਹੈ। ਕਿਹੜੇ ਕਿਹੜੇ ਪਾਤਰ? ਇੱਕ ਲੰਬੜਦਾਰ ਹੈ, ਸਰਪੰਚ ਹੈ, ਠੀਕ ਹੈ, ਪਟਵਾਰੀ ਹੈ ਤੇ ਚਾਚੀ ਹੈ। ਠੀਕ ਹੈ, ਜਿਹੜੀ ਚਾਚੀ ਹੈ, ਪਟਵਾਰੀ ਤੇ ਲੰਬੜਦਾਰ ਕੰਧ ਬਣਾਉਣ ਦੇ ਹੱਕ ਵਿੱਚ ਹੁੰਦੇ ਹਨ, ਪਰ ਜਿਹੜਾ ਸਰਪੰਚ ਹੈ ਧੰਮਾ, ਉਹ ਕੰਧ ਬਣਾਉਣ ਦੇ ਹੱਕ ਵਿੱਚ ਨਹੀਂ ਹੁੰਦਾ। ਜੇ ਦਰਬਾਰਾ ਕਿਸੇ ਵੇਲੇ ਮੰਨਣ ਵੀ ਲੱਗਾ ਹੁੰਦਾ ਹੈ, ਪਰ ਜਿਹੜਾ ਸਰਪੰਚ ਹੈ ਧੰਮਾ, ਉਸ ਨੂੰ ਜਿਹੜਾ ਕਿ ਘੁੰਗਾਰਾ ਮਾਰ ਕੇ ਇਸ਼ਾਰਾ ਕਰਕੇ ਕੰਧ ਬਣਾਉਣ ਤੋਂ ਇਨਕਾਰ ਕਰ ਦਿੰਦਾ ਹੈ, ਜਿਸ ਕਰਕੇ ਲੜਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਦੋਹਾਂ ਪਰਿਵਾਰਾਂ ਦੇ ਕਈ ਪੁਸ਼ਤਾਂ ਤੱਕ ਜਿਹੜੀ ਕਿ ਲੜਾਈ ਝਗੜਾ ਚੱਲਦਾ ਰਹਿੰਦਾ, ਭਾਵ ਕਿ ਦੋਵਾਂ ਭਰਾਵਾਂ ਦਿਲਾਂ ਦੇ ਵਿੱਚ ਫਿੱਕ ਪੈ ਜਾਂਦੀ ਹੈ। ਠੀਕ ਹੈ, ਕਿਹਦੇ ਕਰਕੇ? ਸਰਪੰਚ ਦੇ ਕਰਕੇ। ਠੀਕ ਹੈ, ਹੁਣ ਅਸੀਂ ਅੱਗੇ ਸਟੋਰੀ ਰੀਡ ਕਰਾਂਗੇ 60 ਪੇਜ ਤੇ। ਦਰਬਾਰੇ ਨੇ, ਤੇਰੇ ਪਾਸਿਓ ਤਾਂ ਸਾਰੀਓ ਪਈ ਹੈ। ਠੀਕ ਹੈ, ਕਿੰਨੇ ਕਿਹਾ ਸੀ ਉਹਨੇ? ਕਪੂਰ, ਤੇਰੇ ਪਾਸੇ ਸਾਰੀਓ ਪਈ ਹੈ, ਜਾਂ ਚਾਰ ਆਦਮੀ ਖੜੇ ਨੇ ਕੋਲ, ਕਪੂਰ ਸਿੰਘ ਬੋਲਿਆ। ਠੀਕ ਹੈ, ਕਪੂਰ ਸਿੰਘ ਬੋਲਿਆ, ਜਿਹੜੇ ਕੰਧ ਹੈ ਤੇਰੇ ਪਾਸੇ ਸਾਰੇ, ਵੀ ਮੇਰੇ ਵਾਸਤੇ ਘੱਟ ਹੈ, ਮੇਰੀ ਸਾਈਡ ਵਾਲੇ ਪਾਸੇ ਘੱਟ ਹੈ, ਜਦੋਂ ਨਾਪ ਰਹੇ ਸੀ ਕੰਧ ਨੂੰ। ਠੀਕ ਹੈ, ਦਰਬਾਰੇ ਨੇ ਚੱਟ ਗਾਲ ਕੱਢ ਕੇ ਆਖਿਆ, ਜੰਮਿਆ ਕੌਣ ਹੈ? ਠੀਕ ਹੈ, ਇਸ ਤੋਂ ਲੜਾਈ ਸ਼ੁਰੂ ਹੁੰਦੀ ਹੈ। ਠੀਕ ਹੈ, ਲੜਾਈ ਦੀ ਕਦੋਂ ਸ਼ੁਰੂਆਤ ਹੁੰਦੀ ਹੈ? ਜਿਹੜੇ ਦੀਵਾਰ ਨੂੰ ਨਾਪਣ ਤੋਂ ਬਾਅਦ। ਠੀਕ ਹੈ, ਇਸ ਤੋਂ ਬਾਅਦ ਲੜਾਈ ਸ਼ੁਰੂ ਹੁੰਦੀ ਹੈ। ਜੰਮਿਆ ਕੌਣ ਹੈ? ਦਰਬਾਰਾ ਕਹਿੰਦਾ ਹੈ, ਮੇਰੇ ਪਾਸੇ ਕੰਧ ਕਰਨ ਵਾਲਾ ਬੰਦਾ, ਭਾਵੇਂ ਲੱਖ ਨਰਮ ਹੋਵੇ ਗਾਲ ਪਰ। ਠੀਕ ਹੈ, ਜੇ ਚਾਹੇ ਭਾਵੇਂ ਬੇਟਾ, ਦਰਬਾਰ ਕਪੂਰ ਸਿੰਘ ਬਹੁਤ ਜ਼ਿਆਦਾ ਨਰਮ ਦਿਲ ਸੁਭਾਅ ਦਾ ਸੀ, ਉਹ ਬੜੇ ਪਿਆਰ ਨਾਲ ਆਪਣੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਦਰਬਾਰਾ ਉਸਨੂੰ ਗਾਲ ਕੱਢਦਾ ਹੈ ਤਾਂ ਉਹਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਠੀਕ ਹੈ, ਜਦੋਂ ਉਸਨੂੰ ਗਾਲ ਕੱਢਦਾ ਹੈ ਜਾਂ ਗਲਤ ਢੰਗ ਨਾਲ ਬੋਲਦਾ ਹੈ ਤਾਂ ਕਪੂਰ ਸਿੰਘ ਨੂੰ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਤੇ ਉਹ ਵੀ ਜਿਹੜਾ ਕਿ ਲੜਾਈ ਕਰਨ ਨੂੰ ਤਿਆਰ ਹੋ ਜਾਂਦਾ ਹੈ। ਫਿਰ ਪੂਰੇ ਜੋਸ਼ ਨਾਲ ਕਪੂਰ ਸਿੰਘ ਦੇ ਮੁੱਕਾ ਵੱਟ ਕੇ ਮਾਰਦਾ ਹੈ। ਠੀਕ ਹੈ, ਹੁਣ ਵੀ ਆਸ ਦਾ ਅੰਡਰਲਾਈਨ ਕਰੋ, ਮੁੱਕਾ ਕਿਸਨੇ ਮਾਰਿਆ ਸੀ? ਕਪੂਰ ਸਿੰਘ ਨੇ। ਠੀਕ ਹੈ, ਨਿਊ ਚ ਕੱਢ ਦਿਓ, ਨਿਊ ਮਤਲਬ ਨੀਂਹ ਦੇ ਵਿੱਚ। ਠੀਕ ਹੈ, ਜਿਹੜੀ ਨੀਂਹ ਰੱਖ ਰਹੇ ਹੁੰਦੇ ਉਹਨੂੰ ਨਿਊ ਮਤਲਬ ਨੀਂਹ ਦੇ ਵਿੱਚ। ਠੀਕ ਹੈ, ਜ਼ਮੀਨ ਦੇ ਵਿੱਚ, ਨਿਊ ਮਤਲਬ ਜ਼ਮੀਨ ਦੇ ਵਿੱਚ, ਨਿਊ ਚ ਕੱਢ ਦਿਓ, ਨਿਊ ਚ। ਤੇ ਇੰਨੇ ਵਿੱਚ ਘਰੋਂ ਉਹਦਾ ਛੋਟਾ ਭਰਾ ਗੰਦਾਲੀ ਚੁੱਕੇ ਲਿਆਇਆ। ਠੀਕ ਹੈ, ਕਿਹਦਾ ਛੋਟਾ ਭਰਾ ਸੀ? ਕਪੂਰ ਸਿੰਘ ਦਾ ਛੋਟਾ ਭਰਾ। ਕਿਹਦਾ ਛੋਟਾ ਭਰਾ ਆਉਂਦਾ ਹੈ? ਕਪੂਰ ਸਿੰਘ ਦਾ। ਤੇ ਭਤੀਜਾ ਕਿਹਦਾ ਆਉਂਦਾ ਹੈ? ਦਰਬਾਰੇ ਦਾ। ਠੀਕ ਹੈ, ਅੰਡਰਲਾਈਨ ਕਰਦਾ, ਦਰਬਾਰੇ ਦਾ ਭਤੀਜਾ ਆਉਂਦਾ ਹੈ ਤੇ ਕਪੂਰ ਸਿੰਘ ਦਾ ਭਰਾ। ਦੋਵੇਂ ਪਾਸੇ ਗਾਲਾਂ ਦੀ ਵਾਛੜ ਹੋਣ ਲੱਗਦੀ ਹੈ। ਦਰਬਾਰੇ ਲੈ ਲੈਂਦੇ ਆ ਜੀ ਦੋ ਹਥਰੀ ਜੋੜ ਕੇ, ਲਾਠੀ ਕਪੂਰ ਸਿੰਘ ਦੇ। ਠੀਕ ਹੈ, ਲਾਠੀ ਕਿੱਥੇ ਮਾਰੀ? ਉਹਦੇ ਸਿਰ ਤੇ। ਇਹ ਵੀ ਅੰਡਰਲਾਈਨ ਕਰੋ, ਲਾਠੀ ਕਿੱਥੇ ਵੱਜੀ? ਕਪੂਰ ਸਿੰਘ ਦੇ ਸਿਰ ਉੱਤੇ ਜਾ ਕੇ ਵੱਜੀ। ਆ ਤੈਨੂੰ ਦੇਖਾਂ, ਨਿਉ ਚ ਕੱਢਦੇ ਨੂੰ, ਤੇ ਨਾਲ ਹੀ ਨਾਲ ਤੀਰੀ ਕਪੂਰ ਸਿੰਘ ਦੇ ਸਿਰ ਉੱਤੋਂ ਆਈ। ਕਚੀਰਾ ਕਚੀਰਾ ਚੱਟ ਗੰਦਾਲੀ ਦਰਬਾਰੇ ਤੇ ਮੋਹਰਾਂ ਉੱਤੇ ਪਈ, ਦੂਜੀ ਪੁੜਪੜੀ, ਪੁੜਪੜੀ ਮਤਲਬ ਦਿਮਾਗ ਸਿਰ ਦੇ ਵਿੱਚ। ਠੀਕ ਹੈ, ਜਿਸ ਕਰਕੇ ਲਹੂ ਦੀਆਂ ਧਾਰਾਂ ਵਹਿਣ ਲੱਗੀਆਂ। ਪੰਜ ਰੱਸੀ ਛੱਡ ਕੇ ਪੂਰਾ ਹੋ, ਠੀਕ ਹੈ, ਪਰਾਂ ਹੋ ਗਏ ਵੀ ਸਾਡੇ ਨਾਲ ਵੱਜ ਜਾਵੇ। ਆਖਰ ਕੁਲ ਲੋਕ ਹੌਂਸਲਾ ਕੇ ਛਡਾਉਣ ਲੱਗੇ, ਤੀਵੀਆਂ ਵੀ ਘਰਾਂ ਵਿੱਚ ਆ ਗਈਆਂ, ਉਹਨਾਂ ਦੀ ਔਰਤਾਂ ਵੀ, ਉਦੋਂ ਦਰਬਾਰੇ ਦੀ ਵਾਈਫ ਤੇ ਉਧਰੋਂ ਕਪੂਰ ਸਿੰਘ ਦੀ, ਉਹ ਦੋਨੇ ਵੀ ਜਿਹੜਾ ਕੀ ਹੈ ਆਪਸ ਵਿੱਚ ਜਿਹੜਾ ਕੀ ਲੜਨ ਲੱਗੀਆਂ। ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਧ ਤਾਂ ਬਣ ਗਈ। ਠੀਕ ਹੈ, ਲੜਾਈ ਤੋਂ ਬਾਅਦ ਕੰਧ ਕਦੋਂ ਬਣੀ? ਕੁਝ ਦਿਨਾਂ ਬਾਅਦ। ਠੀਕ ਹੈ, ਕੁਝ ਦਿਨਾਂ ਬਾਅਦ ਜਿਹੜੀ ਕਿ ਕੰਧ ਤਾਂ ਬਣ ਗਈ, ਜਿਹੋ ਜੀ ਉਹਨੂੰ ਚਾਹੀਦੀ ਸੀ। ਕਿਹਨੂੰ? ਕਪੂਰ ਸਿੰਘ। ਉਹ ਜੀ ਤਾਂ ਬਣ ਗਈ, ਪਰ ਜਿਉਂ ਦਾ ਹੱਜ ਕੋਈ ਨਾ, ਭਾਵ ਕਿ ਹੁਣ ਉਹਨਾਂ ਦੇ ਦਿਲਾਂ ਦੇ ਵਿੱਚ ਉਹ ਪਿਆਰ ਨਾ ਰਿਹਾ ਜੋ ਪਹਿਲਾਂ ਸੀ। ਜਿਹੜੀ ਗੱਲ ਦਾ ਡਰ ਸੀ ਉਹ ਹੋ ਗਿਆ, ਵੀ ਭਾਵ ਕਿ ਉਹਨੂੰ ਕਪੂਰ ਸਿੰਘ ਨੂੰ ਕਾਹਦਾ ਡਰ ਸੀ? ਲੜਾਈ ਦਾ। ਦੋਵਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ, ਦਿਲਾਂ ਵਿੱਚ ਪਾਟਕ ਪੈ ਗਏ, ਫਿਟਕਾਰ ਪੈ ਗਈ, ਨਫ਼ਰਤ ਪੈ ਗਈ, ਬੋਲ ਚਾਲ ਜਾਂਦੀ ਰਹੀ, ਪੁਸ਼ਤਾਂ ਲਈ ਵੈਰ ਖੜਾ ਹੋ ਗਿਆ। ਠੀਕ ਹੈ, ਪੁਸ਼ਤਾਂ ਤੱਕ ਵੈਰ ਖੜਾ ਹੋ ਗਿਆ, ਭਾਵ ਕਿ ਪੀੜ੍ਹੀਆਂ ਤੱਕ। ਠੀਕ ਹੈ, ਭਾਵ ਕਿ ਅੱਗੋਂ ਉਹਨਾਂ ਦੇ ਬੱਚੇ ਵੀ ਨਹੀਂ ਬੁਲਾਉਣੇ। ਦੋ ਚਾਰ ਛੇ ਮਹੀਨੇ ਔੜਕ ਵਰਾ ਲੰਘ ਗਿਆ। ਠੀਕ ਹੈ, 2 ਮਹੀਨੇ ਲੰਘ ਗਏ, 6 ਮਹੀਨੇ ਚਾਹੇ 1 ਸਾਲ ਵੀ ਲੰਘ ਗਿਆ। ਠੀਕ ਹੈ, ਦਰਬਾਰੇ ਨੇ ਕੋਈ ਕਿਸ਼ਤ ਨਾ ਦਿੱਤੀ, 2 ਕਿਸ਼ਤਾਂ ਦਾ ਵਾਅਦਾ ਕੀਤਾ ਸੀ ਨਾ। ਠੀਕ ਹੈ, ਇੱਕ ਲੋਹੜੀ ਦੇ ਕੋਲੋਂ ਤੇ ਇੱਕ ਨਿਮਾਣੇ ਕੋਲੋਂ ਉਹਨੇ ਕੋਈ ਕਿਸ਼ਤਾਂ ਨਾ ਦਿੱਤੀਆਂ, ਪਰ ਕਪੂਰ ਸਿੰਘ ਨੂੰ ਕੋਈ ਮੰਗੀਆਂ ਵੀ ਨਾ। ਠੀਕ ਹੈ, ਡਰਦੇ ਮਾਰੇ ਕਿਉਂ ਨਾ ਮੰਗੀਆਂ ਕਿ ਸ਼ਾਇਦ ਲੜਾਈ ਨਾ ਹੋ ਜਾਵੇ। ਆਥਰ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ। ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆ ਗਈ ਤੇ ਕੁਛ ਸੁਣਿਆ ਕਪੂਰ ਜਿਹਾ। ਹੁਣ ਕਪੂਰ ਸਿੰਘ ਨੂੰ ਉਹਦੇ ਦਰਬਾਰੇ ਦੀ ਹਾਲਤ ਬਾਰੇ ਕਿਹਨੇ ਦੱਸਿਆ ਸੀ? ਚਾਚੀ ਨੇ। ਅੰਡਰਲਾਈਨ ਕਰੋ, ਕਪੂਰ ਸਿੰਘ ਨੂੰ ਦਰਬਾਰੇ ਦੀ ਮਾੜੀ ਹਾਲਤ
या बीमारी बारे किन्हें दसिया चैची राम को ने थे किस समय आथन दे समय अभी अंडरलाइन करो किस समय जैसे आथन शाम दे समय हैरान होके कपूर सिंह चौंकिया आ ना चाची क्यों की गल है लै बे तेनू खबर नहीं मुंडा दा पुंजे लिया पे है दरबारा पा के वो तो नी ऊपर लेट भी नहीं सकता दरबारा उन्हें हैरानी ना पूछा भी पहला तो बड़ा तकड़ा सी कोई गल नहीं सी लै होर की वो तो निमोनिए नाल जुड़िया पे है अंडरलाइन करो बेटा ओनू केड़ी बीमारी सी निमोनिए निमोनिया दी ओनू निमोनिए दी बीमारी सी निमोनिए दी किनू सी दरबारे नू ठंड दी सीत च आ गया ठीक है ठंड दी सीत में बहुत ज्यादा ज्यादा ठंड सी सर्दी सी हुण ठंड लग गई पर आज बहु रोंदी नहीं सी चली जांदी एक ता लाज कराने केड़ा सौखे ने चंद्रे बिना पैसे बहू की मतलब ओदी वोटी दरबारे दी ठीक है वो कह रही सी भी ओदी वोटी बहुत ज्यादा रो रही सी क्योंकि ओदे कोल पैसे ही नहीं सारी इलाज के मेनू ता चाची हुण तीतो पता लगे तीतो मैं तेरे कोलो लै आहो डन तेनू किते ओपरे आन जान बाजो कंध ओले परदेस आ चाची कंध ओले परदेस दा मतलब है भाव की कंध तो बाहर मेरा कोई अपना नहीं है एक दरबारे नू कान दोले पर से प्रदेश अखान है भाव की कान दोले जरा कान दी दूसरी साइड कंदा प्रदेश मतलब मेरे अपने नहीं हन प्रदेश मतलब जो अपने नहीं हुंदे ठीक है कान दोले प्रदेश भाव की कान दी दूसरी साइड मेरे अपने नहीं हन वो कहंदा चाची जो कहंदी तेनू पता ही नहीं भी तेरा भरा इन्ना बीमार है इक्को जी सांझी कंध है तुहाडी ते फिर भी तेनू नहीं पता जो कोई कहता कान दोले परदे भाव कि जे कान दे पिछली साइड रहते हो मेरे तो परदेसी हाँ भाव कि मैं जानता नहीं साड़ी बोल चाल बिल्कुल ही खत्म है ठीक है मैंने उन्होंने बारे कोई खबर नहीं इस करके कहता कान दोले परदेस ठीक है अभी आसरा ने केड़ा थान वरतता है या केड़ा मुहावरा वरतता है ठीक है चलो चाची ने पूछती है कि तेनू बिल्कुल ही नहीं पता दरबारे का तो केड़ा मुहावरा वरतता है कान दोले परदेस का अंडरलाइन कर ला बेटा कपूर सिंह उठिया ते चकदा चुकांदा दरबारे दे घर अंदर लंघ गया वेड़े विच कान दी ओट नाल धुप्पे दरबारे दा मंजा सी ठीक है दरबारा धुप्पे लेटे आया सी एवी अंडरलाइन कर दरबारे दा मंजा किते सी धुप्पे कपूर सिंह जद दरबारे वाल देखिया तो खड़े दा खड़ा रह गया सुखे पिंजर भाव कि इन्ना ज्यादा वीक हो चुका सी बीमारी नाल ठीक है देख के हैरान रह गया दरबारा जिहड़ा पहला ठीक हुंदा सी तकड़ा सी ओह सुक के किदां पिंजर हो गया है धुएं वर्गा रंग भाव की काला धुएं वर्गा रंग का मीनिंग है काला रंग अंडरलाइन कर देना बेटा भी वन मार्क्स क्वेश्चन दरबारे का रंग की हो चुका सी धुएं वर्गा या काला भी आसदा लिखा है अंदर नु तसियां हुई अखा ठीक है आई जी अखा दी अखा बेच बड़ी हुई सन दरबारे की न्याणी टबरी ठीक है छोटे जिहड़ा परिवार सी अंदरों दरबारे की घरवाली ने मंजे को स्टूल डाल दिता पर कपूर सिंह दरबारे के कोल ही मंजे की बाही उत्ते बह गया मंजे की बाही हुंदी ना ठीक है स्पोर्ट उठी बह गया उत्थे नहीं बैठा स्टूल ते की हाल है भाई दरबारिया ठीक है उन्हें पूछा कपूर सिंह ने रजाई दी आसरे टोल आके दरबारा कुछ बैठता होया बोलिया के पिछे उन्हें अपनी रजाई रखी सी जी आसरे टोल लगाई इसने ठीक है क्योंकि तो बैठ नहीं सकता सी हुण तां चंगा है भाई बीमारी का भन्निया ओदा निडाल मन कुछ करार फड़ आया क्यों ना तू पिया रहो उठन की खेचर ना कर हूं कहना कपूर सिंह तू सुता रहे उठना कमजोरी जाती है बोलन लग्या दरबारे का सारा तिंग कंबदा है सारा तिंग भाव की सारा शरीर तिंग मतलब शरीर ठीक है जो बोल रहा सी उन्हों अपना हाल चाल दस रहा सी तो सारा शरीर जेड़ा कि कंब रहा सी बीमार जो सी ठंड करके सब दूर हो जू चुगाट बच रहे बाण बथेरा भाव की चुगाट का मतलब जे सपोर्ट बची रहेगी ठीक है तब कहना बाण मतलब जेड़ा कि आप फिर मंजा बन लगे चुगाट देखे ना मंजी चारे पासे बनिया होंगे लकड़ लगी होंगी ना सपोर्ट मंजी देखी कि वाहन की बनी बेटा ठीक है जे चुगाड़ दी भाव की सारे पास सपोर्टा कायम है तो रस्सी दोबारा भी लगाई जा सकते वाहन दोबारा भी पर जे चुगाड़ ही टुट जाए तो आप रस्सी दोबारा लगा सकते हैं नहीं दोबारा मंजी इन्हें बनेगी ठीक है इसलिए उन्हें मुहावरा की बताया है चुगाड़ बच रहे वाहन बथेरा भाव की तू अपनी चिंता फिक्र ना कर ठीक है पैसे आते ही रहने पैसे आनी जानी खेड है तू तंदुरुस्त रह तू ठीक रह कपूर सिंह ने हौसला दिता भी तू घबरा ना डर ना ठीक है लोगड़ गर्म करके ओदी कुड़ी हरबंसो
ਉਹਦੀਆਂ ਵਕੀਆਂ ਨੂੰ ਸੇਕਣ ਲੱਗੇ। ਹੁਣ ਕੁੜੀ ਦਾ ਨਾਮ ਹਰਬੰਸੋ ਹੈ, ਠੀਕ ਹੈ, ਅੰਡਰਲਾਈਨ ਕਰੋ। ਦਰਬਾਰੀ ਦੀ ਕੁੜੀ ਦਾ ਕੀ ਨਾਮ ਸੀ? ਹਰਬੰਸੋ। ਠੀਕ ਹੈ, ਗਰਮ ਕਰਕੇ ਲੈ ਆਈ। ਇਲਾਜ ਕਿਹਦਾ? ਕਪੂਰ ਸਿੰਘ ਨੇ ਪੁੱਛਿਆ। ਇਲਾਜ? ਦਰਬਾਰਾ ਅੱਗੋਂ ਚੁੱਪ ਕਰ ਗਿਆ। ਇਲਾਜ ਕਿਸੇ ਦਾ ਵੀ ਨਹੀਂ ਸੀ, ਘਰਾਂ ਦੇ ਇਲਾਜ ਭਾਵ ਕਿ ਘਰੇਲੂ ਓਹੜ ਪੋੜ ਕਰਨੇ, ਘਰੇਲੂ ਇਲਾਜ ਹੀ ਸਾਰੇ, ਕਿਉਂਕਿ ਪੈਸੇ ਹੀ ਨਹੀਂ ਸੀ। ਠੀਕ ਹੈ, ਕਪੂਰ ਸਿੰਘ ਤੋਂ ਲੁਕਿਆ ਕੀ ਸੀ? ਇੱਕ ਦੂਜੇ ਦੀ ਘਰ ਦੀ ਹਾਲਤ ਉਹ ਜਾਣਦੇ ਸਨ, ਪਤਾ ਸੀ ਕਿ ਉਹ ਮਤਲਬ ਕਿ ਪਹਿਲਾਂ ਨਾਲੋਂ ਆਰਥਿਕ ਤੌਰ ਤੇ ਇਕਨੋਮਿਕਲ ਤੌਰ ਤੇ ਕਾਫੀ ਵੀਕ ਹੋ ਚੁੱਕਾ, ਕਮਜ਼ੋਰ ਹੋ ਚੁੱਕਾ, ਪੈਸੇ ਨਹੀਂ ਹਨ ਉਹਦੇ ਕੋਲ। ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢਿਆ ਤੇ ਦਰਬਾਰੇ ਦੀ ਜੇਬ ਚ ਪਾਤਾ, ਕਿਉਂਕਿ ਬੇਟਾ ਪਹਿਲੇ ਸਮੇਂ ਦੇ ਵਿੱਚ 10 ਰੁਪਏ ਦੀ ਕਾਫੀ ਵੈਲਿਊ ਹੁੰਦੀ ਸੀ। ਠੀਕ ਹੈ, ਉਹਨੇ 10 ਰੁਪਏ ਕੱਢੇ ਤੇ ਉਹਨੂੰ ਦੇ ਦਿੱਤੇ। ਮੈਂ ਜਾ ਕੇ ਮੰਡੀਓਂ ਡਾਕਟਰ ਨੂੰ ਭੇਜਦਾ ਵਾ। ਠੀਕ ਹੈ, ਅੰਡਰਲਾਈਨ ਕਰੋ। ਠੀਕ ਹੈ, ਕਿੱਥੋਂ ਉਹਨੇ ਡਾਕਟਰ ਭੇਜਣਾ ਸੀ? ਮੰਡੀਓਂ। ਠੀਕ ਹੈ, ਮੰਡੀ ਤੋਂ। ਦਰਬਾਰੇ ਦੇ ਮਨ ਵਿੱਚ ਹੂਕ ਉੱਠੀ, ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਬਾਈ ਕਾਂਦਾਲੇ। ਭਾਗੇ ਉਹਨੇ ਕੀ ਕਿਹਾ? ਉਹਨੇ ਅੰਦਰ ਰੋਂਦਾ ਰੋਂਦਾ ਕਿਹਾ ਕਿ ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਹਨ, ਉਹ ਵੀ ਪੈਸੇ ਮੈਂ ਦੇ ਨਹੀਂ ਸੁੱਕਿਆ ਤੇ ਤੂੰ ਮੈਨੂੰ ਹੋਰ ਭਾਰ ਚੜਾ ਰਿਹਾ ਹੈ। ਕਾਂਦੋਲੇ ਭਾਵ ਕਿ ਕੰਧ ਵਾਲੇ ਪੈਸੇ। ਤੂੰ ਹਾਲੇ ਤਕੜਾ ਹੋ, ਦਿੰਦਾ ਰਹੀ ਪੈਸੇ। ਪੈਸੇ ਸਾਲਿਆਂ ਨਾਲ ਜਾਣੇ, ਕੋਈ ਪੈਸੇ ਮੇਰੇ ਨਾਲ ਜਾਣੇ ਹੈ? ਦਰਬਾਰੇ ਦੀਆਂ ਅੱਖਾਂ ਸਿਮਾਈਆਂ, ਭਾਵ ਕਿ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਠੀਕ ਹੈ, ਅੱਥਰੂ ਆ ਗਏ। ਥੋੜੇ ਚਿਰ ਵਿੱਚੋਂ ਭਰੇ ਹੋਏ ਗੱਚ ਨਾਲ ਧੀਮਾ ਹੋ ਕੇ ਬੋਲਿਆ, ਭਰੇ ਮਨ ਨਾਲ। ਜਦੋਂ ਮਨ ਬਹੁਤ ਭਰ ਜਾਂਦਾ, ਠੀਕ ਹੈ, ਜਦੋਂ ਮਨ ਉਹਦਾ ਬਹੁਤ ਜ਼ਿਆਦਾ ਭਰ ਗਿਆ, ਉਹਨੇ ਆਪਣੇ ਭਰਾ ਦਾ ਪਿਆਰ ਦੇਖਿਆ, ਉਹਦਾ ਮਕਾਨ ਦਾ ਕੰਮ ਚੜ ਗਿਆ ਸਿਰੇ, ਉਹਨੇ ਪੁੱਛਿਆ। ਥੋੜਾ ਜਿਹਾ ਟੀਪ ਢਿੱਲਾ ਰਹਿੰਦਾ, ਸੀਮਟ ਟੁੱਟ ਗਿਆ ਹੈ। ਉਹ ਕਹਿੰਦਾ ਥੋੜਾ ਜਿਹਾ ਕੰਮ ਰਹਿੰਦਾ, ਕਿਉਂਕਿ ਸੀਮਟ ਘੱਟ ਗਿਆ ਸੀ, ਇਸ ਕਰਕੇ ਬਾਕੀ ਸਾਰਾ ਕੰਮ ਹੋ ਗਿਆ। ਉਹਨੇ ਪੁੱਛਿਆ ਨਾ ਆਪਣੇ ਉਹਦੇ ਕੋਲੋਂ, ਭਰਾ ਕੋਲੋਂ, ਕਿ ਤੇਰਾ ਮਕਾਨ ਪੂਰਾ ਬਣ ਗਿਆ? ਉਹ ਕਹਿੰਦਾ ਨਹੀਂ, ਸਾਰਾ ਨਹੀਂ ਬਣਿਆ, ਥੋੜਾ ਕੁਝ ਰਹਿ ਗਿਆ, ਕਿਉਂਕਿ ਸੀਮਟ ਘੱਟ ਗਿਆ ਸੀ। ਵੀ ਅੰਡਰਲਾਈਨ ਕਰੋ। ਠੀਕ ਹੈ, ਮਕਾਨ ਕਿਸ ਕਰਕੇ ਪੂਰਾ ਨਹੀਂ ਬਣਿਆ ਸੀ? ਸੀਮਟ ਦੇ ਘਟਣ ਕਰਕੇ। ਮੈਨੂੰ ਤਾਂ ਸਹੁਰਾ ਸਰਪੰਚ ਭਖਾਉਂਦਾ ਰਿਹਾ। ਸਰਪੰਚ ਭਖਾਉਂਦਾ ਮਤਲਬ ਸਰਪੰਚ ਹੀ ਮੈਨੂੰ ਸ਼ਹਿ ਦਿੰਦਾ ਰਿਹਾ, ਭਖਾਉਂਦਾ ਮਤਲਬ ਸ਼ਹਿ ਦੇਣਾ। ਠੀਕ ਹੈ, ਕਹਿੰਦਾ ਮੈਂ ਤਾਂ ਜਿਹੜਾ ਕਿ ਲੜਾਈ ਤੇਰੇ ਨਾਲ ਕਰਨੀ ਨਹੀਂ ਸੀ, ਨਹੀਂ ਤਾਂ ਮੈਂ ਕਿਹੜਾ ਤੇਰਾ ਦੁੱਖੀ ਸੀ? ਮੈਨੂੰ ਕੋਈ ਦੁੱਖ ਸੀ ਤੇਰੇ ਨਾਲ? ਦੁੱਖੀ ਮਤਲਬ ਮੈਨੂੰ ਕੋਈ ਤੇਰੇ ਨਾਲ ਦੁੱਖ ਸੀ? ਹੁਣ ਤਾਂ ਇਹਨਾਂ ਗੱਲਾਂ ਨੂੰ ਮਨ ਤੇ ਨਾ ਲਿਆ। ਕਪੂਰ ਸਿੰਘ ਕਹਿੰਦਾ ਜੇ 4 ਭਾਂਡੇ ਹੋਣਗੇ ਤਾਂ ਫੜਕਣਗੇ। ਠੀਕ ਹੈ, ਭਾਵ ਕਿ ਜੇ ਆਪਾਂ ਘਰ ਵਿੱਚ ਵੀ ਕਹਿੰਦੇ, ਜੇ ਘਰ ਵਿੱਚ ਆਪਾਂ ਘਰ ਵਿੱਚ ਇਕੱਠੇ ਰਹਿੰਦੇ ਹੋਈਏ ਤਾਂ ਲੜਾਈ ਨਾ ਕਦੀ ਹੋ ਹੀ ਜਾਂਦੀ। ਹਾਰ ਦਾ ਬੰਸੋ ਦਾ ਵਿਆਹ ਦਈਏ। ਬੰਸੋ ਦਾ ਵਿਆਹ ਕਿਹੜੇ ਮਹੀਨੇ ਚ ਕਰਨਾ ਸੀ? ਹਾੜ ਦੇ ਮਹੀਨੇ। ਠੀਕ ਹੈ, ਵਿਆਹ ਕਦੋਂ ਸੀ? ਹਾੜ ਮਹੀਨੇ। ਠੀਕ ਹੈ, ਵਿਆਹ ਵਿਆਹ ਦੀ ਤਰੀਕ, ਵਿਆਹ ਕਦੋਂ ਕਰਨਾ ਸੀ? ਹਾੜ ਹਾੜ ਦੇਸੀ ਮਹੀਨਾ ਬੇਟਾ, ਕੋਈ ਡਰ ਨਹੀਂ, ਜਿਹੜਾ ਭਾਰ ਸਿਰੋਂ ਲੈ ਜਾਵੇ ਚੰਗਾ। ਤੂੰ ਆਏਗਾ ਜਿਕਣ ਤੂੰ ਗਏ? ਉਹ ਕਹਿੰਦਾ ਤੂੰ ਮੇਰੀ ਕੁੜੀ ਦੇ ਵਿਆਹ ਤੇ ਆਏਗਾ? ਉਹ ਕਹਿੰਦਾ ਤੂੰ ਕਹੇਗਾ ਮੈਂ ਆ ਜਾਂਗਾ। ਦਰਬਾਰੇ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ਤੇਰੇ ਬਿਨਾਂ ਬਾਈ ਮੈਂ ਕਾਹਦੇ ਜੋਗਾ। ਕਹਿੰਦਾ ਮੈਂ ਤੇਰੇ ਭਰਾ ਕੁਛ ਵੀ ਨਹੀਂ, ਕਿਉਂ ਕਹਿੰਦਾ ਭਰਾ ਭਰਾ ਦੀਆਂ ਬਾਹਾਂ ਹੁੰਦੇ, ਮੁਹਾਰਾ ਕਹਿੰਦਾ ਭਰਾ ਭਰਾ ਦੀ ਸੱਜੀ ਬਾਂਹ ਹੁੰਦੇ। ਉਹ ਕਹਿੰਦਾ ਉਹਨੇ ਵਾਕਈ ਮੰਨ ਲਿਆ ਕਿ ਭਰਾ ਭਰਾ, ਜਿਹੜਾ ਕਹਿੰਦਾ ਤੇਰੇ ਬਿਨਾਂ ਮੈਂ ਕੁਛ ਵੀ ਨਹੀਂ, ਯਾਨੀ ਕਿ ਭਰਾ ਦੇ ਬਿਨਾਂ ਜਾਂ ਕਿ ਦੂਸਰਾ ਭਰਾ ਜਾਂ ਭੈਣ ਕੁਛ ਵੀ ਨਹੀਂ ਹੁੰਦੇ। ਉਹਦੇ ਬੁੱਲ ਫਰਕਣ ਲੱਗੇ ਤੇ ਅੱਖਾਂ ਵਿੱਚੋਂ ਪਲ ਪਲ ਹੰਝੂਆਂ ਦੀ ਧਾਰਾਂ ਫੁੱਟ ਗਈਆਂ। ਠੀਕ ਹੈ, ਉਹਦੇ ਅੰਦਰ ਜਿਹੜਾ ਗੁਬਾਰ ਭਰਿਆ ਹੋਇਆ ਸੀ, ਠੀਕ ਹੈ, ਉਹ ਜਿਹੜਾ ਕੀ ਇਹ ਫੁੱਟ ਪਿਆ ਆਂਸੂਆਂ ਦੇ ਵਿੱਚ। ਠੀਕ ਹੈ, ਉਹਨੇ ਵੀ ਆਪਣਾ ਜਿਹੜਾ ਕੀ ਉਹਦੇ ਅੱਗੇ ਮਾਫੀ ਮੰਗੀ। ਉਹ ਤੂੰ ਦਿਲ ਰੱਖ ਵੀਰ, ਮੈਂ ਤੇਤੋਂ ਨਾਭਣ ਨਹੀਂ ਤਾਂ, ਮੈਂ ਤੇਰੇ ਕੋਈ ਅਲੱਗ ਹਾਂ? ਨਾਭਣ ਮਤਲਬ ਮੈਂ ਤੇਰੇ ਕੋਈ ਅਲੱਗ ਹਾਂ? ਮੈਂ ਤਾਂ ਤੇਰਾ ਹੀ ਭਰਾ ਹਾਂ। ਕਪੂਰ ਸਿੰਘ ਨੇ ਮਸੀ ਇਹ ਬੋਲ ਆਖੇ, ਕਿਉਂਕਿ ਉਹਦਾ ਮਨ ਵੀ ਪਹਿਲਾਂ ਨਹੀਂ ਕਰ ਰਿਹਾ ਸੀ। ਠੀਕ ਹੈ, ਕਿਉਂਕਿ ਉਹਨੇ ਇੰਨੀ ਜ਼ਿਆਦਾ ਲੜਾਈ ਝਗੜਾ ਜੋ ਕੀਤਾ ਸੀ। ਠੀਕ ਹੈ, ਫਿਰ ਉਹਨੇ ਇਹ ਬੋਲ ਮਸਾ ਹੀ ਆਖੇ ਕਿ ਮੈਂ ਤੇਰੇ ਤੋਂ ਕੋਈ ਅਲੱਗ ਹਾਂ। ਹੰਝੂਆਂ ਦੀਆਂ ਧਾਰਾਂ ਵਹਿਣ ਲੱਗੀਆਂ ਤੇ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ। ਠੀਕ ਹੈ, ਦੋਨਾਂ ਦੇ ਚਿਹਰਿਆਂ ਉੱਤੇ ਹੰਝੂਆਂ ਚਿਹਰੇ, ਭਾਵ ਕਿ ਦੋਨਾਂ ਦੇ ਦਿਲਾਂ ਦੇ ਵਿੱਚੋਂ ਜਿਹੜੀ ਕੜਵਾਹਟ ਸੀ ਉਹ ਹੰਝੂਆਂ ਦੇ ਰੂਪ ਦੇ ਵੀ ਜਿਹੜੀ ਕਿ ਵਹਿ ਗਈ। ਠੀਕ ਹੈ, ਦੋਨਾਂ ਦਿਲਾਂ ਦੇ ਵਿੱਚ ਉਹ ਸਾਂਝੀ ਕੰਧ ਕਰਕੇ ਜੋ ਕੜਵਾਹਟ ਭਰੀ ਹੋਈ ਸੀ ਉਹ ਹੰਝੂ ਜਿਹੜਾ ਕਿ ਗਿਰਨ ਕਰਕੇ ਉਹ ਕੜਵਾਹਟ ਜਿਹੜੀ ਕੀ ਸੀ ਨਿਕਲ ਗਈ। ਭਾਵ ਕਿ ਇਸ ਕਹਾਣੀ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਕੀ ਸਿੱਖਿਆ ਸੀਗੀ ਕਿ ਕਦੇ ਵੀ ਸਾਨੂੰ ਜ਼ਮੀਨ ਜਾਇਦਾਦ ਪਿੱਛੇ, ਪੈਸੇ ਦੇ ਪਿੱਛੇ, ਠੀਕ ਹੈ, ਇੱਕ ਦੂਸਰੇ ਦਾ ਵੈਰੀ ਨਹੀਂ ਬਣਨਾ ਚਾਹੀਦਾ, ਦੁਸ਼ਮਣ ਨਹੀਂ ਬਣਨਾ ਚਾਹੀਦਾ। ਠੀਕ ਹੈ, ਰਿਸ਼ਤੇ ਕੇਵਲ ਪੈਸੇ ਦੇ ਨਹੀਂ ਹੁੰਦੇ, ਜ਼ਮੀਨ ਜਾਇਦਾਦਾਂ ਦੇ ਰਿਸ਼ਤੇ ਨਹੀਂ ਹੁੰਦੇ। ਠੀਕ ਹੈ, ਜੇ ਲੋੜ ਪਵੇ ਦੁੱਖ ਸੁੱਖ ਦੇ ਸਮੇਂ ਜਿਹੜਾ ਕਿ ਇਹ ਸਾਡੇ ਨਾਲ, ਸਾਡੇ ਪੈਸਿਆਂ ਨੇ ਕੰਮ ਨਹੀਂ ਆਉਣਾ, ਜ਼ਮੀਨ ਜਾਇਦਾਦਾਂ ਨੇ ਕੰਮ ਨਹੀਂ ਆਉਣਾ, ਜਿਹੜੇ ਕਿ ਸਾਡੇ ਭਰਾਵਾਂ ਨੇ, ਠੀਕ ਹੈ, ਭੈਣ ਭਰਾਵਾਂ ਨੇ ਹੀ ਕੰਮ ਆਉਣਾ। ਇਸ ਕਰਕੇ ਸਾਨੂੰ ਭੈਣਾਂ ਭਰਾਵਾਂ ਦੇ ਨਾਲ ਜਿਹੜਾ ਕਿ ਜ਼ਮੀਨ ਜਾਇਦਾਦਾਂ ਵਿੱਚ ਕਦੀ ਵੀ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ।
ਤੇ ਦੁੱਖ ਸੁੱਖ ਦੇ ਵਿੱਚ ਦਾ ਸਾਥ ਦੇਣਾ ਚਾਹੀਦਾ। ਕਲੀਅਰ ਬੇਟਾ, ਸਮਝ ਲੱਗੀ ਕਹਾਣੀ ਸਾਰਿਆਂ ਨੂੰ? ਆਨਲਾਈਨ ਬੱਚੇ ਕਲੀਅਰ ਸੀ ਨਾ ਕਹਾਣੀ? ਅੱਛੀ ਸੀ ਨਾ, ਕਿੰਨੀ ਵਧੀਆ, ਠੀਕ ਹੈ। ਸਿੱਖਿਆ ਵੀ ਮਿਲੀ ਹੈ ਵੀ ਭਾਵ ਕਿ ਜ਼ਮੀਨ ਦੇ ਹੁਣ ਤੁਸੀਂ ਛੋਟੇ ਹੋ, ਹਜੇ ਤੁਹਾਨੂੰ ਇੰਨਾ ਪਤਾ ਨਹੀਂ ਕਿ ਜਦੋਂ ਵੱਡੇ ਹੋ ਜਾਓਗੇ, ਠੀਕ ਹੈ, ਆਪਣੀ ਫੈਮਲੀ ਵਾਲੇ ਬਣ ਜਾਓਗੇ, ਕੰਮ ਕੁੰਮ ਕਰਨ ਲੱਗ ਜਾਓਗੇ, ਆਪਣਾ ਬਿਜ਼ਨਸ, ਕਦੇ ਵੀ ਬੇਟਾ ਲਾਈਫ ਦੇ ਵਿੱਚ ਕਦੇ ਵੀ ਜ਼ਮੀਨ ਦੇ ਦਾਲ ਪਿੱਛੇ ਲੜਾਈ ਝਗੜਾ ਨਾ ਕਰੋ, ਠੀਕ ਹੈ। ਕਿਉਂਕਿ ਬੇਟਾ ਜ਼ਮੀਨ ਜੇ ਦਾਲ ਕੋਈ ਜਦੋਂ ਤੁਸੀਂ ਦੁੱਖ ਤਕਲੀਫ ਦੇ ਵਿੱਚ ਹੁੰਦੇ ਹੋ ਤਾਂ ਤੁਹਾਡਾ ਭਰਾ ਜਾਂ ਭੈਣ ਹੀ ਤੁਹਾਡਾ ਪਹਿਲਾ ਸਾਥੀ ਹੁੰਦੇ, ਠੀਕ ਹੈ। ਇਹ ਨਹੀਂ ਸੋਚਣਾ ਚਾਹੀਦਾ ਕਿ ਉਹਨੂੰ ਪੈਸਾ ਪੇਰੈਂਟਸ ਨੇ ਜ਼ਿਆਦਾ ਦਿੱਤਾ ਜਾਂ ਉਹਨੂੰ ਜ਼ਮੀਨ ਜਾਇਦਾਦ ਜ਼ਿਆਦਾ ਦਿੱਤੀ, ਕਦੇ ਨਾ ਸੋਚੋ। ਸਗੋਂ ਇੱਕ ਦੂਜੇ ਦਾ ਦੁੱਖ ਸੁੱਖ ਦੇ ਵੀ ਸਾਥੀ ਬਣੋ, ਠੀਕ ਹੈ। ਕਿਉਂਕਿ ਬੇਟਾ ਭਰਾ ਭਰਾ ਦੇ ਜਾਂ ਭਰਾ ਭੈਣ ਦੇ ਹੀ ਕੰਮ ਆਉਂਦੀ, ਠੀਕ ਹੈ। ਇਸ ਲਈ ਹਮੇਸ਼ਾ ਜਿਹੜੇ ਕਿ ਸਾਨੂੰ ਜਿਹੜਾ ਕਿ ਕਦੇ ਵੀ ਲੜਾਈ ਝਗੜਾ ਜਾਂ ਕਿਸੇ ਦੀਆਂ ਗੱਲਾਂ ਦੇ, ਮੋਸਟ ਇੰਪੋਰਟੈਂਟ, ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਵੋ, ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਕੋਈ ਗਲਤ ਕੰਮ ਨਾ ਕਰੋ, ਕੋਈ ਗਲਤ ਫੈਸਲਾ ਨਾ ਕਰੋ। ਸੋਚੋ ਸਮਝੋ ਵੀ ਤੁਸੀਂ ਜੋ ਕਰ ਰਹੇ ਹੋ ਗਲਤ ਹੈ ਕਿ ਠੀਕ ਹੈ, ਠੀਕ ਹੈ। ਕਦੇ ਵੀ ਕਿਸੇ ਦੀ ਗੱਲਾਂ ਦੇ ਵਿੱਚ ਨਾ ਆ ਕੇ ਜਿਹੜਾ ਕਿ ਆਪਣਾ ਰਿਸ਼ਤਾ ਭੈਣ ਜਾਂ ਭਰਾਵਾਂ ਦੇ ਨਾਲ ਜਾਂ ਆਪਣੇ ਪੇਰੈਂਟਸ ਦੇ ਨਾਲ ਕਦੇ ਵੀ ਖਰਾਬ ਨਾ ਕਰੋ, ਠੀਕ ਹੈ ਬੇਟਾ। ਕਲੀਅਰ ਹੈ ਸਭ ਨੂੰ ਕੁਸ਼ਚਨ? ਠੀਕ ਹੈ, ਵਨ ਮਾਰਕ ਕੁਸ਼ਚਨ ਨੋਟ ਕਰੋ। ਫਸਟ ਕੁਸ਼ਚਨ, ਸਾਂਝੀ ਕੰਧ ਕਹਾਣੀ ਕਿਸ ਦੀ ਲਿਖੀ ਹੋਈ ਹੈ? ਹਾਂ, ਸਾਂਝੀ ਕੰਧ ਕਹਾਣੀ ਕਿਸ ਦੀ ਲਿਖੀ ਹੋਈ ਹੈ? ਸੰਤੋਖ ਸਿੰਘ ਧੀਰ ਦੀ। ਨੈਕਸਟ ਲਿਖੋ, ਕਪੂਰ ਸਿੰਘ ਦਰਬਾਰੇ ਦਾ ਕੀ ਲੱਗਦਾ ਸੀ? ਚਾਚੇ ਦਾ ਪੁੱਤਰ ਕਪੂਰ ਸਿੰਘ ਦਰਬਾਰੇ ਦਾ ਕੀ ਲੱਗਦਾ ਸੀ ਜਾਂ ਉਹਦੇ ਨਾਲ ਕੀ ਰਿਸ਼ਤਾ ਸੀ? ਠੀਕ ਹੈ, ਕਪੂਰ ਸਿੰਘ ਦਾ ਦਰਬਾਰੇ ਨਾਲ ਕੀ ਰਿਸ਼ਤਾ ਸੀ ਜਾਂ ਕਪੂਰ ਸਿੰਘ ਦਰਬਾਰੇ ਦਾ ਕੀ ਲੱਗਦਾ ਸੀ? ਚਾਚੇ ਦਾ ਪੁੱਤਰ, ਠੀਕ ਹੈ। ਨੈਕਸਟ ਹੈ, ਕਪੂਰ ਸਿੰਘ ਦੇ ਘਰ ਦੇ ਸੱਜੇ ਪਾਸੇ ਕਿਸ ਦਾ ਘਰ ਸੀ? ਕਪੂਰ ਸਿੰਘ ਦੇ ਘਰ ਦੇ ਸੱਜੇ ਪਾਸੇ ਚੈਚੀ ਰਾਮ ਕੌਰ। ਨੋਟ ਕਰਨੇ ਬੇਟਾ ਧਿਆਰੇ, ਚੈਚੀ ਰਾਮ ਕੌਰ। ਖੱਬੇ ਪਾਸੇ ਬੋਲੋ ਬੇਟਾ, ਪਿਛਲੇ ਪਾਸੇ ਚੰਦਨ ਸਿੰਘ। ਸਪੈਲਿੰਗ ਨੇਮਿੰਗ। ਨੈਕਸਟ ਲਿਖੋ, ਦਰਬਾਰਾ ਇਸ ਕਹਾਣੀ ਵਿੱਚ ਕਿਹੋ ਜਿਹਾ ਪਾਤਰ ਹੈ? ਦਰਬਾਰਾ ਇਸ ਕਹਾਣੀ ਵਿੱਚ ਕਿਹੋ ਜਿਹਾ ਪਾਤਰ ਹੈ? ਦੂਸਰਿਆਂ ਨੂੰ ਉਕਸਾਉਣ ਵਾਲਾ। ਅੱਛਾ, ਦਰਬਾਰਾ, ਠੀਕ ਹੈ। ਹਾਂ, ਦੂਸਰਿਆਂ ਦੀ ਗੱਲਾਂ ਉਹ ਧੰਮਾ ਆਏਗਾ। ਹਾਂ, ਦੂਸਰਿਆਂ ਦੀਆਂ ਗੱਲਾਂ ਵਿੱਚ ਆਉਣ ਵਾਲਾ, ਦੂਸਰਿਆਂ ਦੀਆਂ ਗੱਲਾਂ ਵਿੱਚ ਆਉਣ ਵਾਲਾ। ਤੇ ਉਹ ਆਏਗਾ ਨਾ ਧੰਮਾ, ਕਿਹੋ ਜਿਹਾ ਪਾਤਰ ਸੀ? ਫਿਰ ਆਏਗਾ ਨਾ ਧੰਮਾ, ਦੂਸਰਿਆਂ ਨੂੰ ਖਾਣ ਵਾਲਾ ਪਾਤਰ ਸੀ। ਜੇ ਦਰਬਾਰਾ ਆਵੇ ਤਾਂ ਦੂਸਰਿਆਂ ਦੀ ਗੱਲਾਂ ਵਿੱਚ ਆਉਣ ਵਾਲਾ, ਕਿਹਦੀ ਗੱਲਾਂ ਜਾਂਦਾ? ਦਰਬਾਰੇ ਦੀਆਂ, ਧੰਮੇ ਦੀਆਂ, ਠੀਕ ਹੈ, ਠੀਕ ਹੈ, ਠੀਕ ਹੈ। ਦਰਬਾਰਾ ਕਿਹਦੀਆਂ ਗੱਲਾਂ ਜਾਂਦਾ ਹੈ? ਧੰਮੇ ਸਰਪੰਚ ਦੀਆਂ ਗੱਲਾਂ ਦੇ ਵਿੱਚ ਆਉਂਦਾ। ਦਰਬਾਰਾ ਕਿਹਦੀਆਂ ਗੱਲਾਂ ਜਾਂਦਾ ਹੈ? ਸਰਪੰਚ ਧੰਮੇ ਦੀਆਂ। ਤੇ ਸਰਪੰਚ ਧੰਮਾ ਕਿਹੋ ਜਿਹਾ ਪਾਤਰ ਹੈ? ਦੂਸਰਿਆਂ ਨੂੰ ਖਾਣ ਵਾਲਾ। ਲਿਖੋ, ਸਰਪੰਚ ਕਿਹੋ ਜਿਹਾ ਪਾਤਰ ਹੈ? ਦੂਸਰਿਆਂ ਨੂੰ ਉਕਸਾਉਣ ਵਾਲਾ ਜਾਂ ਭੜਕਾਉਣ ਵਾਲਾ, ਠੀਕ ਹੈ, ਜਾਂ ਲੜਾਈ ਝਗੜਾ ਕਰਵਾਉਣ ਵਾਲਾ, ਕੋਈ ਵੀ ਆਪਸ਼ਨ ਆ ਸਕਦੀ, ਠੀਕ ਹੈ ਬੇਟਾ। ਭੜਕਾਉਣ ਵਾਲਾ, ਉਕਸਾਉਣ ਵਾਲਾ ਜਾਂ ਲੜਾਈ ਝਗੜਾ ਕਰਵਾਉਣ ਵਾਲਾ, ਜਾਂ ਤਿੰਨੇ ਵੀ ਆ ਸਕਦੀਆਂ, ਫਿਰ ਬੋਥ ਆਏਗਾ, ਠੀਕ ਹੈ। ਸਾਰੀਆਂ ਲੜਾਈ ਝਗੜਾ, ਉਕਸਾਉਣ ਜਾਂ ਭੜਕਾਉਣ ਸੇਮ ਗੱਲ ਹੈ, ਠੀਕ ਹੈ। ਪਿਆਰੀ ਦੁਸ਼ਮਣ। ਨੈਕਸਟ ਲਿਖੋ,
पटवारी का की नाम सी? राम रतन। पटवारी राम रतन। दरबारा दूसरिया दिया गल्लां दे विच आउण वाला पात्र सी। पटवारी का की नाम सी? राम रतन। दरबारे की कुड़ी का नाम? बलवंसो। दरबारे नू केड़ी बीमारी हुई सी? कहानी दे केड़े पात्र या कपूर सिंह तो इलावा कहानी दे केड़े पात्र कंध बनाने दे हक में सन? लंबड़दा। लिखो क्वेश्चन, कपूर सिंह तो इलावा कहानी दे होर केड़े पात्र कंध बनाने दे हक में सन? चाची राम कौर, चाची पटवारी, लंबड़दा। जदों नेक्स्ट क्वेश्चन, जदों कपूर सिंह कंध बनाने की गल करन दरबारे दे घर जाता है तो दरबारा कित्थे गया हुंदा है? जदों कपूर सिंह हाँ कंध बनाने की गल करन दरबारे दे घर जाता है तो दरबारा कित्थे गया हुंदा है? पटवारी दे घर। पटवारी दे कोल लिख लो, चाहे पटवारी दे घर या पटवारी दे कोल। नेक्स्ट लिखो, सांझी कंध किहड़े पासे सी? खब्बे सज्जे पिछले? खब्बे। दरबारे वाली कंध किस पासे सी? खब्बे। दरबारे वाली कंध दरबारे वाली कंध कितने सी? खब्बे पासे। दरबारे वाली कंध कदों दी बनी हुई सी? दरबारे वाली कंध जिहड़ी सी कदों दी बनी सी? या वडारुआं वेले दी, वड्डे वेलिया दी? ठीक है, नहीं वडारुआं लिख लो या वड्डे वेलिया दी? वडारुआं वर्ड लिखा होया है, ठीक है, वडारुआ भी आसद है, ठीक है, या उसके बजुर्गों के समय के, ठीक है, वडारुआ बजुर्ग भी कहते हैं, ठीक है, वडारुआ भी लिख सकते हो बजुर्गों के। नेक्स्ट लिखो, दरबारे का जरा घर सी किस कारण ढेया सी? बारिश कारण। हाँ, वडारू के वेले सी। कपूर सिंह का घर कदों टेहा सी या कदों उसका घर डिग्गिया सी या किस तरह डिग्गिया सी? बारिश करके। किस तरह डिग्गिया सी? मीह आन करके या बहुत तेज बारिश आन करके? कपूर सिंह किन्ने समय बाद मकान बनाने के इंतजाम कर पाया? 8 महीने बाद। कपूर सिंह किन्ने महीने बाद मकान बनाने का इंतजाम कर पाया? 8 महीने बाद। दरबारे कोल कितने घर सन? दो। कि कपूर सिंह की जेड़ी कंध ढही सी या जेड़ा घर ढहिया सी उस घर दे भी दरबारा रहिंदा सी?
नहीं पशु हाँ उस घर कौन सी पशु जिस कान ठीक है दरबारे को दरबारे को दो घर सी ते जिस घर दे विच रहंदा सी घर नवा बनया सी ओ घर नहीं डिग्गया सी ठीक है जिस घर दे विच उन्हें पशु रखे हुए सन डंगर रखे सन उस घर दा कुछ हिस्सा ढिया सी सारा नहीं दोबारा पूरा करता जिस घर दे विच उन्हें पशु ठीक है जिस मकान दे पशु बनते से उस घर दा थोड़ा जिहा हिस्सा डिग्गया सी ठीक है जिस घर दे विच रहंदा सी ओ घर नवा सी ठीक है लिख लो कपूर दरबारा जिस घर दे विच रहंदा सी ओ घर किहो जिहा सी लिख लो नवा बनिया सी नवा लिख लो जिस घर दे दरबारा आप रहंदा सी ओ घर नवा बनिया सी नेक्स्ट नेक्स्ट लिखो बेटा घर बनाने दे लई उसने की कर्जा किसना लिया सी घर बनाना सी जिहड़ा कपूर सिंह ने उसके लिए उन्हें कर्जा किसना लिया भरा तो बेटा बनती नहीं सी कर्जा किसना लिया सी किसना ने पैसा इंतजाम किसना किया सी ऑनलाइन स्टूडेंट पैसे का इंतजाम कपूर सिंह ने किस तरीके किया हाँ किन्नी जमीन सी देखो बेटा अठ के दस है देखना मकान बनाने लई कपूर सिंह ने पैसे का इंतजाम किस तरह किया दस बीघे जमीन जेड़ी की गिरवी रख के या दस महीने दस अड़ी दस बीघे जमीन जेड़ा की रख के उन्होंने गिरवी रख के कर्जा लिया सी अगे लिखो नेक्स्ट क्वेश्चन दस बीघे लिख ली जमीन लिखो तो लिखे दस बीघे जमीन को रख के यानी कि गिरवी रख के नेक्स्ट लिखो कपूर सिंह लड़ाई होने ते कपूर सिंह दा कपूर सिंह दे घरों कौन आया सी जो लड़ाई शुरू भरा लड़ाई शुरू होने ते कपूर सिंह दे घरों कौन आया कपूर सिंह दा भरा ते दरबारे दा कौन आया सी भतीजा दरबारे दा कौन आया भतीजा ते कपूर सिंह दा भरा गंडासा ते ओदा गंडाली नेक्स्ट लिखो किन्ने चिरा लई वैर खड़ा हो गया लड़ाई होने ते किन्ना चिरा दा वैर खड़ा हो गया पुश्ता दे लई पुश्ता लई लड़ाई तो बाद किन्ने चिरा दा वैर खड़ा हो गया पुश्ता लई नेक्स्ट क्वेश्चन है किन्निया किश्ता दे भी जेड़ा की दरबारे ने रकम देनी सी दो किश्ता एक निमाणी ते सी ते दूसरा लोड़ी दे कोल ठीक है एक निमाणी ते दूसरा रिश्ते जल्दी ही दे वही दस लेंगे जल्दी ही फिर भी मैं एक बार मीनिंग दे के दस दूंगा ठीक है दो किन्निया किश्ता दे विच दरबारे नू जेड़ा की है कंध बनाने दा जेड़ा पैसे देने सी किन्निया किश्ता दे विच दरबारे ने कंध बनाने दे लई पैसे देने सन दो ओके बेटा